ਤੁਹਾਡੇ ਵਿੱਚੋਂ ਸੂਰ ਕੌਣ ਕੌਣ ਖਾਂਦਾ? ਸਰ ਸਰ ਇਹ ਪੁੱਛੋ ਕਿ ਕੌਣ ਕੌਣ ਸੂਰ ਖਾਂਦਾ? ਸਰ ਸਰ ਮੈਂ ਕਸਮ ਖਾ ਕੇ ਕਹਿੰਦਾ ਕਿ ਅਸੀਂ ਰਿਸ਼ਵਤ ਨਹੀਂ ਲੈਂਦੇ ਸਰ। ਰਿਸ਼ਵਤ ਲਵੋਗੇ ਵੀ ਤੇ ਹਜ਼ਮ ਨਹੀਂ ਹੋਵੇਗੀ। ਕੰਨ ਖੋਲ ਕੇ ਸੁਣ ਲਓ, ਮੇਰੇ ਥਾਣੇ ਦੇ ਕਿਸੇ ਵੀ ਸਿਪਾਹੀ ਜਾਂ ਥਾਣੇਦਾਰ ਦਾ ਢਿੱਡ ਨਿਕਲਿਆ ਹੋਇਆ ਹੋਵੇਗਾ ਤੇ ਮੈਂ ਉਹਨੂੰ ਮਹਿਕਮੇ ਵਿੱਚੋਂ ਬਾਹਰ ਕਰ ਦਿਆਂਗਾ। ਸਰ ਅਸੀਂ ਦਿਨ ਰਾਤ ਡਿਊਟੀ ਦੇਵਾਂਗੇ ਸਰ। ਗੁੱਡ, ਡਿਊਟੀ ਇਜ਼ ਡਿਊਟੀ। ਮੇਰੀ ਦਹਿਸ਼ਤ ਦੀ ਵਜ੍ਹਾ ਨਾਲ ਅੱਜ ਤੋਂ ਬਾਅਦ ਮੁਜਰਮਾਂ ਵਿੱਚ ਬਿਮਾਰੀ ਫੈਲਣਾ ਸ਼ੁਰੂ ਹੋ ਜਾਏਗੀ ਤੇ ਤੁਹਾਨੂੰ ਹਰ ਰੋਜ਼ ਕਿਸੇ ਨਾ ਕਿਸੇ ਬਦਮਾਸ਼ ਦੀ ਖੁਦਕੁਸ਼ੀ ਦੀ ਖਬਰ ਮਿਲੇਗੀ। ਜੀ ਸਰ। ਓਕੇ ਯੈਸ ਸਰ। ਆ ਮੈਂ ਦਿਲਾਵਰ ਨੂੰ ਕੜੀ ਭੇਜੀ ਸੀ, ਉਹ ਆਇਆ ਕਿਉਂ ਨਹੀਂ? ਘੜੀ ਦੀਆਂ ਸੂਈਆਂ ਕੱਢ ਕੇ ਤੇ ਘੜੀ ਖਿਲਾਰ ਦਿੱਤੀ ਹੈ ਜੀ ਤੇ ਕਹਿੰਦਾ ਕਿ ਡਿਪਟੀ ਸਾਹਿਬ ਸਾਹਮਣੇ ਆਏ ਨਾ ਤੇ ਘੜੀ ਦੀਆਂ ਸੂਈਆਂ ਵਾਂਗੂ ਉਹਨਾਂ ਦੇ ਵੀ ਸਾਹ ਖਿੱਚ ਲਾਂ। ਅੰਦਰ ਕੋਈ ਹੈ? ਆਹੋ ਭਾਜੀ ਲੰਘ ਆਓ। ਦਿਲਾਵਰ ਕਿੱਥੇ ਵੇ? ਗਰੀਬਾਂ ਜੀ ਕੰਬਲ ਤਕਸੀਮ ਕਰਨ ਗਿਆ ਜੇ। ਓਏ ਤੂੰ ਕੌਣ ਹੈ ਤੇ ਕਿੱਥੋਂ ਬੋਲਦੇ? ਮੈਂ ਜੀ ਗੁਲਬਰਗ ਤੋਂ ਬੋਲਦਾ ਪਿਆ ਹਾਂ। ਕਿੰਨੇ ਅੰਡੇ ਦਿੱਤੇ ਨੀ ਭਾਜੀ? ਕਿੰਨੇ ਨੀ ਸੀ? ਕੰਡਾ ਫਸਿਆ ਦੋ ਮਿੰਟ। ਕੁੱਕੜੀ ਦਿਆ ਬੱਚਿਆ, ਕੌਣ ਹੈ ਤੂੰ? ਜਨਾਬ ਮੈਂ ਦਿਲਾਵਰ ਦਾ ਚਮਚਾ। ਓਏ ਮਿਸਟਰ ਚਮਚੇ, ਦਿਲਾਵਰ ਕਿੱਥੇ ਜੀ? ਉਹ ਲਿਪਨ ਤੇ ਲਿਸਟ ਦਾ ਇੰਤਜ਼ਾਮ ਕਰਨ ਗਿਆ ਹੋਵੇ। ਲਿਸਟਰ ਤੇ ਲਿਸਟ? ਆਹੋ ਜੀ, ਉਹ ਦੇਖੋ ਇਹ ਲਿਸਟ ਉਹਨਾਂ ਬੰਦਿਆਂ ਦੀ ਹੈ ਜਿਹਨੂੰ ਅਸੀਂ ਲਿੱਤਰ ਮਾਰ ਚੁੱਕੇ ਆ ਤੇ ਦੂਜੀ ਲਿਸਟ ਉਹਨਾਂ ਬੰਦਿਆਂ ਦੀ ਹੈ ਜਿਹਨੂੰ ਲਿੱਤਰ ਮਾਰ ਕੇ ਤੇ ਅਸੀਂ ਪੂਰ ਕਰਨੀ। ਕੀ ਮਤਲਬ? ਮਤਲਬ ਤੈਨੂੰ ਮੈਂ ਦੱਸਣਾ ਵਾ ਸਾਹਿਬ। ਤੂੰ ਜਿਸ ਦਿਲਾਵਰ ਦਾ ਤੂੰ ਪੁੱਛਣ ਆਇਆ ਸਾਹਿਬ, ਉਹ ਮੈਂ। ਅੱਛਾ ਅੱਛਾ, ਤੇ ਦਿਲਾਵਰ ਤੂੰ ਹੈ? ਪਰ ਜਿਸ ਦਿਲਾਵਰ ਦੇ ਪਿੱਛੇ ਮੈਂ ਆਇਆ ਉਹ ਇੱਕ ਬਦਮਾਸ਼ ਤੇ ਬਦ ਕਿਰਦਾਰ ਮੁਜਰਿਮ ਹੈ ਤੇ ਜਿਹੜਾ ਦਿਲਾਵਰ ਮੇਰੇ ਸਾਹਮਣੇ ਆਇਆ ਉਹਨੂੰ ਮੈਂ ਇੱਕ ਗੈਰਤਮੰਦ ਇਨਸਾਨ ਸਮਝਦਾ। ਮੈਨੂੰ ਦੱਸ ਦੇ ਸਹੀ, ਇੱਕ ਪਾਸੇ ਤੂੰ ਨੇਕੀ ਦੇ ਕੰਮ ਕਰਨਾ ਹੈ ਤੇ ਦੂਜੇ ਪਾਸੇ ਕਾਨੂੰਨ ਤੋੜਨਾ ਹੈ, ਕਿਉਂ? ਮੈਂ ਸਿਰਫ ਬੇਗੈਰਤਾ ਦੇ ਕਾਨੂੰਨ ਦੇ ਮੁਜਰਮਾਂ ਨੂੰ ਸਜ਼ਾ ਦੇਣਾ ਵਾ ਸਾਹਿਬ। ਜੇ ਸੋਚੇ ਤੇ ਕੰਮ ਮੈਂ ਕਰ ਰਿਹਾ ਵਾਂ ਤੇ ਤਨਹਾ ਤੂੰ ਲਈ ਜਾ ਰਿਹਾ। ਕੁਝ ਵੀ ਹੋਵੇ, ਕਾਨੂੰਨ ਨੂੰ ਕਿਸੇ ਤਰ੍ਹਾਂ ਵੀ ਹੱਥ 'ਚ ਨਹੀਂ ਲੈਣਾ ਚਾਹੀਦਾ। ਇੱਕ ਗੱਲ ਤਾਂ ਦੱਸ ਸਾਹਿਬ, ਜੇ ਮੈਂ ਕਿਸੇ ਦੀ ਧੀ ਭੈਣ ਨੂੰ ਚੁੱਕ ਲਵਾਂ ਤੇਰੇ ਕੋਲ ਥਾਣੇ ਜਾਏਗਾ ਕਿ ਮੇਰਾ ਗਾਟਾ ਲਾਉਣ ਵਾਸਤੇ ਆਏਗਾ? ਬੇਗੈਰਤ ਦੀ ਕੋਈ ਮਾਫੀ ਨਹੀਂ ਹੁੰਦੀ ਤੇ ਮੈਂ ਵੀ ਗੈਰਤਮੰਦ ਤੇ ਹੱਥ ਕਦੇ ਨਹੀਂ ਚੁੱਕਿਆ, ਭਾਵੇਂ ਉਹ ਕਾਤਲ ਕਿਉਂ ਨਾ ਹੋਵੇ। ਸਾਹਿਬ ਤੇਰੀ ਇੱਕ ਦਿਨ ਦੀ ਸ਼ਰਾਫਤ ਵੇਖ ਕੇ ਮੈਂ ਤੇਰੇ ਪਿਛਲੇ ਜੁਰਮ ਮਾਫ ਕਰਕੇ ਚੱਲਿਆ ਵਾਂ। ਪਰ ਇੱਕ ਗੱਲ ਯਾਦ ਰੱਖੀ ਦਿਲਾਵਰ, ਜੇ ਤੂੰ ਕਾਨੂੰਨ ਨੂੰ ਹੱਥ 'ਚ ਲਿਆ ਤੇ ਮੈਂ ਤੇਰੇ ਸਾਹ ਇੰਜ ਖਿੱਚ ਲਾਂਗਾ ਜਿਵੇਂ ਤੂੰ ਘੜੀ ਦੀ ਸੂਈਆਂ ਖਿੱਚੀਆਂ। ਤੇ ਫਿਰ ਮੇਰੀ ਵੀ ਇੱਕ ਗੱਲ ਯਾਦ ਰੱਖੀ ਸਾਹਿਬ,
ਜੇ ਮੁੜ ਕੇ ਕਿਸੇ ਬਗੈਰ ਦਾਤ ਕਿਸੇ ਮਜ਼ਲੂਮ ਦੀ ਇੱਜ਼ਤ ਵੱਲ ਵਧਿਆ ਤੇ ਮੈਂ ਵੀ ਤੇਰੇ ਕਾਨੂੰਨ ਨੂੰ ਇਸ ਤਰ੍ਹਾਂ ਤੋੜਾਂਗਾ ਜਿਵੇਂ ਕੱਚ ਦੀਆਂ ਚੂੜੀਆਂ ਤੋੜੀ ਦੀਆਂ ਨੇ। ਜਿੱਥੇ ਮੈਂ ਹੋਵਾਂ ਉੱਥੇ ਬੇਗੈਰਤਾਂ ਨੂੰ ਮਾਵਾਂ ਦੀ ਜੰਨਤ ਭੁੱਲ ਜਾਂਦੀ ਹੈ।